लेडी होने के नाते तुसी जिवें कुकिंग दा तां सारे करदे आ आम घर दे विच अपने घरदिआं नूं खवाउणा, पर इक इहो जिहे लैवल तक जाणा जिथे सारी दुनिया तुहानूं तुहाडे नाम दे नाल जाणे। बहुत मतलब एक ये है कि एक सपना जिहा पूरा हो गया कि अपनी एक किचन चो निकल के इन्नी वड्डी प्रोफेशनल किचन तक पहुँचना, वो सफ़र सौखा नहीं है, बड़ा औखा रहा। ਤੁਸੀਂ ਕੁਕਿੰਗ ਦਾ ਸ਼ੌਂਕ ਤਾਂ ਚਲੋ ਹੁੰਦਾ, ਤੁਸੀਂ ਬਚਪਨ ਤੋਂ ਹੀ ਕਰਦੇ ਸੀ ਜਾਂ ਮਤਲਬ ਜਦੋਂ ਆਪਣਾ ਏਜ ਵਿੱਚ ਆਉਂਦੇ ਹਾਂ ਜਾਂ ਕੁਕਿੰਗ ਦਾ ਸ਼ੌਂਕ ਪੈਂਦਾ, ਫਿਰ ਤੁਹਾਨੂੰ ਕਿਸੇ ਨੇ ਤਾਰੀਫਾਂ ਕੀਤੀਆਂ ਵੀ ਤੁਸੀਂ ਬਹੁਤ ਖਾਣਾ ਸਵਾਦ ਬਣਾਉਂਦੇ ਹੋ, ਉਸ ਤੋਂ ਬਾਅਦ ਤੁਸੀਂ ਤੁਹਾਡਾ ਸ਼ੌਂਕ? ਨਹੀਂ, ਕੁਕਿੰਗ ਦਾ ਸ਼ੌਂਕ ਆਫਟਰ ਮੈਰਿਜ ਹੀ ਹੋਇਆ। ਮੈਰਿਜ ਤੋਂ ਪਹਿਲਾਂ ਤਾਂ ਸਾਨੂੰ ਇੰਨਾ ਹੁੰਦਾ ਨਹੀਂ ਕਿ ਅਸੀਂ ਆਪਣਾ ਪੜ੍ਹ ਲਿਆ, ਘਰ ਖਾ ਪੀ ਲਿਆ, ਕੋਈ ਇੰਨੀ ਰਿਸਪੋਂਸੀਬਿਲਟੀਜ਼ ਨਹੀਂ ਹੁੰਦੀਆਂ। ਆਫਟਰ ਮੈਰਿਜ ਹੀ ਇਹ ਮੇਰਾ ਸ਼ੌਂਕ ਹੋਇਆ। ਜਿਸ ਤਰ੍ਹਾਂ ਇਨ-ਲੌਜ਼ ਘਰ ਆਏ, ਥੋੜ੍ਹਾ ਹੁੰਦਾ ਹੈ ਕਿ ਸਾਡੀ ਥੋੜ੍ਹੀ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ ਉਹਨਾਂ ਨੂੰ ਕਰਨਾ। ਤੁਹਾਨੂੰ ਕਦੀ ਇੱਥੇ ਲੱਗਿਆ ਵੀ ਅਸੀਂ ਸ਼ਾਇਦ ਮੈਂ ਘਰ ਦੇ ਵਿੱਚ ਹੀ ਆਪਣਾ ਬਣਾਵਾਂ, ਘਰਦਿਆਂ ਨੂੰ ਹੀ ਖਵਾਵਾਂ, ਕਦੀ ਕੋਈ ਵੀ ਤੁਹਾਨੂੰ ਇਹੋ ਜਿਹੀ ਸਿਚੁਏਸ਼ਨ ਦਾ ਫੇਸ ਕਰਨਾ ਪਵੇ? ਦੇਖੋ, ਇਹ ਇੱਕ ਰੋਲਰ ਕੋਸਟਰ ਹੈ, ਚੱਲੀ ਜਾ ਰਿਹਾ ਹੈ, ਅਪ ਵੀ ਆਏ ਹੈ, ਡਾਊਨ ਵੀ ਆਏ ਹੈ। ਕਿਸੇ ਟਾਈਮ ਮੇਰੀ ਡਿਸ਼ ਨੇ ਬਹੁਤ ਪ੍ਰੇਜ਼ ਲਏ ਹੈ, ਕਿਸੇ ਟਾਈਮ ਥੋੜ੍ਹਾ ਉਹ ਹੈ। ਕੁਕਿੰਗ ਸਕਿੱਲ ਡੇ ਬਾਏ ਡੇ ਇੰਪਰੂਵ ਹੁੰਦੀ ਗਈ, ਕਿਉਂਕਿ ਪੂਰਾ ਇੰਡੀਆ 'ਚ ਉੱਥੇ ਕੰਟੈਸਟੈਂਟ ਆਏ ਨੇ, ਅਸੀਂ ਇੱਕ ਦੂਜੇ ਤੋਂ ਸਿੱਖਿਆ ਵੀ ਹੈ। ਪਰ ਕਿਸੇ ਟਾਈਮ ਇਸ ਤਰ੍ਹਾਂ ਲੱਗਦਾ ਸੀ ਕਿ ਇਸ ਚੀਜ਼ਾਂ ਨੂੰ ਮੈਂ ਪਹਿਲੇ ਕਿਉਂ ਨਹੀਂ ਦੇਖਿਆ। ਤੋਂ ਪਹਿਲਾਂ ਵੀ ਤੁਸੀਂ ਕੋਈ ਸ਼ੋਜ਼ ਵਗੈਰਾ ਦੇ ਵਿੱਚ ਪਾਰਟੀਸਪੇਟ ਕੀਤਾ? ਕਿਉਂਕਿ ਮਾਸਟਰ ਸ਼ੈਫ ਤੱਕ ਪਹੁੰਚਣ ਵਾਸਤੇ ਕਾਫੀ ਜਿਹੜੇ ਆ ਸਟੈਪਸ ਪਾਰ ਕਰਨੇ ਪੈਂਦੇ ਨੇ, ਉਸ ਤੋਂ ਪਹਿਲਾਂ ਤੁਸੀਂ ਕਿਹੜੇ ਕਿਹੜੇ ਸ਼ੋਜ਼ ਦੇ ਵਿੱਚ? 2018 ਵਿੱਚ ਮੈਂ ਫਸਟ ਟਾਈਮ ਆਪਣੀ ਘਰ ਦੀ ਕਿਚਨ 'ਚੋਂ ਬਾਹਰ ਕਿਸੇ ਕੰਟੈਸਟ ਵਿੱਚ ਗਈ ਸੀ। ਫਿਰ ਉਸ ਤੋਂ DD ਪੰਜਾਬੀ, ਜੋ ਆਪਣਾ ਇੱਕ ਨੈਸ਼ਨਲ ਚੈਨਲ ਹੈ, ਉਹਦੇ ਵਿੱਚ ਮਾਸਟਰ ਸ਼ੈਫ ਪੰਜਾਬੀ ਸਟਾਰਟ ਹੋਇਆ, ਉਹਦੇ ਸੈਮੀਫਿਨਾਲੇ ਤੱਕ ਗਈ। ਬਹੁਤ ਸਾਰੇ ਇੱਦਾਂ ਦੇ ਹਾਊਸ ਵਾਈਫ ਨੇ ਜੋ ਕਿ ਬਹੁਤ ਬਿਹਤਰੀਨ ਖਾਣਾ ਬਣਾਉਂਦੇ ਨੇ, ਪਰ ਜਿਵੇਂ ਤੁਸੀਂ ਆਪਣੀ ਉਮੀਦ ਰੱਖ ਕੇ ਅੱਗੇ ਤੱਕ ਪਹੁੰਚੀ, ਉਹਨਾਂ ਵਿੱਚੋਂ ਵੀ ਕੋਈ ਜਿਹੜਾ ਅੱਗੇ ਆਵੇ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਵੇ? ਕਿਉਂਕਿ ਮੈਂ ਇਹੀ ਕਹੂੰਗੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਹਾਊਸ ਵਾਈਫਸ ਨੂੰ ਕਿ ਸਾਡੇ ਵਿੱਚੋਂ ਟੈਲੈਂਟ ਹੈ, ਤਾਂ ਜ਼ਰੂਰ ਅੱਗੇ ਵਧੋ। ਪਰ ਫੈਮਿਲੀ ਸਪੋਰਟ ਜ਼ਰੂਰੀ ਹੈ, ਕਿਉਂਕਿ ਅਗਰ ਇਨ-ਲੌਸ ਤੁਹਾਨੂੰ ਨਹੀਂ ਸਪੋਰਟ ਕਰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇੱਕ ਸਟੈਪ ਵੀ ਅੱਗੇ ਵੱਧ ਸਕਦੇ ਹੋ। ਤੁਸੀਂ ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਬਲੀਨ ਕੌਰ। ਵੈਸੇ ਤਾਂ ਲੁਧਿਆਣਾ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ, ਅਕਸਰ ਅਸੀਂ ਆਪਣੀ ਵੀਡੀਓਜ਼ ਦੇ ਰਾਹੀਂ ਤੁਹਾਨੂੰ ਬਹੁਤ ਸਾਰੇ ਯੰਗ ਟੈਲੈਂਟਡ ਬੱਚਿਆਂ ਨਾਲ ਮਿਲਾਇਆ, ਜਿੱਥੇ ਸਿੰਗਿੰਗ, ਡਾਂਸਿੰਗ ਔਰ ਪਰ ਕੁਕਿੰਗ ਦੇ ਵਿੱਚ ਅਗਰ ਗੱਲਬਾਤ ਕੀਤੀ ਜਾਂਦੀ ਹੈ ਤਾਂ ਕੁਕਿੰਗ ਦੇ ਕੁਝ ਜਿਹੜੇ ਹੈ ਮਾਹਿਰ ਸਾਨੂੰ ਦੇਖਣ ਨੂੰ ਘੱਟ ਵੱਧ ਮਿਲਦੇ ਨੇ, ਪਰ ਲੁਧਿਆਣੇ ਦਾ ਮਾਣ ਵਧਾਉਣ ਵਾਸਤੇ ਸਾਡੇ ਨਾਲ ਕਮਲਦੀਪ ਜੀ ਮੌਜੂਦ ਨੇ, ਜੋ ਕਿ ਹੁਣ ਮਾਸਟਰ ਸ਼ੈਫ ਦੇ ਵਿੱਚ ਜਾ ਕੇ ਆਏ ਨੇ ਔਰ ਉਹਨਾਂ ਦੀ ਪਾਰਟੀਸਪੇਸ਼ਨ ਉਹਦੇ ਵਿੱਚ ਹੋਈ ਹੈ, ਸ਼ੋ ਹਜੇ ਤੱਕ ਚੱਲ ਰਿਹਾ ਹੈ, ਤਾਂ ਸਾਨੂੰ ਮੈਮ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੈਮ ਨਾਲ ਗੱਲਬਾਤ ਕਰਦੇ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਕਿਸ ਤਰੀਕੇ ਦਾ ਲੱਗਦਾ ਹੈ ਇੱਕ ਲੇਡੀ ਹੋਣ ਦੇ ਨਾਤੇ, ਤੁਸੀਂ ਜਿਵੇਂ ਕੁਕਿੰਗ ਦਾ ਤਾਂ ਸਾਰੇ ਕਰਦੇ ਆ ਆਮ ਘਰ ਦੇ ਵਿੱਚ ਆਪਣੇ ਘਰਦਿਆਂ ਨੂੰ ਖਵਾਉਣਾ, ਪਰ ਇੱਕ ਇਹੋ ਜਿਹੇ ਲੈਵਲ ਤੱਕ ਜਾਣਾ ਜਿੱਥੇ ਸਾਰੀ ਦੁਨੀਆ ਤੁਹਾਨੂੰ ਤੁਹਾਡੇ ਨਾਮ ਦੇ ਨਾਲ ਜਾਣੇ? ਬਹੁਤ ਮਤਲਬ ਇੱਕ ਇਹ ਹੈ ਕਿ ਇੱਕ ਸਪਨਾ ਜਿਹਾ ਪੂਰਾ ਹੋ ਗਿਆ ਕਿ ਆਪਣੀ ਇੱਕ ਕਿਚਨ 'ਚੋਂ ਨਿਕਲ ਕੇ ਇੰਨੀ ਵੱਡੀ ਪ੍ਰੋਫੈਸ਼ਨਲ ਕਿਚਨ ਤੱਕ ਪਹੁੰਚਣਾ, ਉਹ ਸਫ਼ਰ ਸੌਖਾ ਨਹੀਂ ਹੈ, ਬੜਾ ਔਖਾ ਰਿਹਾ। ਪਰ ਬੱਚਿਆਂ ਦਾ ਸਪੋਰਟ ਅਤੇ ਜਿਹੜਾ ਮੇਰਾ ਮੇਨਲੀ ਮੇਰੇ ਇਨ-ਲੌਜ਼ ਦਾ ਫੈਮਿਲੀ ਦਾ ਸਪੋਰਟ ਰਿਹਾ, ਉਹਨੇ ਮੈਨੂੰ ਅੱਗੇ ਵਧਣ ਲਈ ਹੋਰ ਮੋਟੀਵੇਟ ਕੀਤਾ। ਅਤੇ ਜਿਸ ਤਰ੍ਹਾਂ ਚੈਲੇਂਜਿਸ ਆਉਂਦੇ ਰਹੇ, ਫੇਸ ਕਰਦੇ ਰਹੇ, ਡੇ ਬਾਏ ਡੇ ਸਟੈਪ ਅੱਗੇ ਵੱਧਦਾ ਰਿਹਾ ਅਤੇ ਅੱਜ ਟੌਪ 8 ਤੱਕ ਪਹੁੰਚ ਗਈ। ਪਹਿਲਾਂ ਇਸ ਕਿਚਨ 'ਚੋਂ ਜਦੋਂ ਘਰ ਦੀ ਕਿਚਨ 'ਚੋਂ ਪਲੇਟ ਲੈ ਕੇ ਬਾਹਰ ਨਿਕਲੀ, ਇਹੀ ਸੀ ਕਿ ਉਸ ਕਿਚਨ 'ਚ ਪਹੁੰਚਣਾ, ਭਾਵੇਂ 1 ਰਾਊਂਡ ਤੋਂ ਬਾਅਦ ਹੀ ਘਰ ਆ ਜਾਂ, ਪਰ ਸੋਚਿਆ ਨਹੀਂ ਸੀ ਕਿ ਉਸ ਲੈਵਲ ਤੱਕ ਪਹੁੰਚ ਜਾਵਾਂਗੀ। ਅਤੇ ਉਹ ਚੀਜ਼ ਸੋਚ ਕੇ ਬੜਾ ਵਧੀਆ ਲੱਗ ਰਿਹਾ ਕਿ ਹਾਂ, ਆਪਣੀ ਕਿਚਨ ਦੇ ਵਿੱਚ ਹੀ ਇੰਨਾ ਹੈ ਕਿ ਇੱਕ ਨੋਰਮਲ ਹਾਊਸ ਵਾਈਫ ਵੀ ਉਸ ਲੈਵਲ ਤੱਕ ਪਹੁੰਚ ਸਕਦੀ ਹੈ। ਬਿਲਕੁਲ ਬਿਲਕੁਲ, ਤੁਸੀਂ ਉਸ ਸੋਚ ਨੂੰ ਬਰਕਰਾਰ ਰੱਖਿਆ। ਤਾਂ ਤੁਸੀਂ ਜਿਵੇਂ ਸ਼ੁਰੂਆਤ ਕਿਵੇਂ ਕੀਤੀ ਸੀਗੀ ਜਦੋਂ ਤੁਸੀਂ ਕੁਕਿੰਗ ਦਾ ਸ਼ੌਂਕ ਤਾਂ ਚਲੋ ਹੁੰਦਾ, ਤੁਸੀਂ ਬਚਪਨ ਤੋਂ ਹੀ ਕਰਦੇ ਸੀ ਜਾਂ ਮਤਲਬ ਜਦੋਂ ਆਪਣਾ ਏਜ ਵਿੱਚ ਆਉਂਦੇ ਹਾਂ ਜਾਂ ਕੁਕਿੰਗ ਦਾ ਸ਼ੌਂਕ ਪੈਂਦਾ, ਫਿਰ ਤੁਹਾਨੂੰ ਕਿਸੇ ਨੇ ਤਾਰੀਫਾਂ ਕੀਤੀਆਂ ਵੀ ਅਸੀਂ ਤੁਸੀਂ ਬਹੁਤ ਖਾਣਾ ਸਵਾਦ ਬਣਾਉਂਦੇ ਹੋ, ਉਸ ਤੋਂ ਬਾਅਦ ਤੁਸੀਂ ਤੁਹਾਡਾ ਸ਼ੌਂਕ ਜਾ ਗਿਆ ਸੀ? ਨਹੀਂ, ਕੁਕਿੰਗ ਦਾ ਸ਼ੌਂਕ ਆਫਟਰ ਮੈਰਿਜ ਹੀ ਹੋਇਆ। ਮੈਰਿਜ ਤੋਂ ਪਹਿਲਾਂ ਤਾਂ ਸਾਨੂੰ ਇੰਨਾ ਹੁੰਦਾ ਨਹੀਂ ਕਿ ਅਸੀਂ ਆਪਣਾ ਪੜ੍ਹ ਲਿਆ, ਘਰ ਖਾ ਪੀ ਲਿਆ, ਕੋਈ ਇੰਨੀ ਰਿਸਪੋਂਸੀਬਿਲਟੀਜ਼ ਨਹੀਂ ਹੁੰਦੀਆਂ। ਆਫਟਰ ਮੈਰਿਜ ਹੀ ਇਹ ਮੇਰਾ ਸ਼ੌਂਕ ਹੋਇਆ। ਜਿਸ ਤਰ੍ਹਾਂ ਇਨ-ਲੌਜ਼ ਘਰ ਆਏ, ਥੋੜ੍ਹਾ ਹੁੰਦਾ ਹੈ ਕਿ ਸਾਡੀ ਥੋੜ੍ਹੀ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ ਉਹਨਾਂ ਨੂੰ ਕਰਨਾ। ਫਿਰ ਮੇਰੇ ਸਿਸਟਰ ਇਨ-ਲੌ ਬੜੇ ਅੱਛੇ ਕੁੱਕ ਨੇ, ਉਹਨਾਂ ਨੇ ਬਣਾਉਣਾ, ਮੈਂ ਖਾਣਾ, ਫਿਰ ਉਸ ਚੀਜ਼ ਨੂੰ ਘਰ ਟਰਾਈ ਕਰਨਾ, ਔਰ ਜਦੋਂ ਬੱਚੇ ਹੋਏ ਫਿਰ ਉਹ ਪੈਸ਼ਨ ਹੋਰ ਵੱਧਦਾ ਗਿਆ।
कुछ भी खाना उन्हें घर आके ट्राई करना, बच्चों ने उसनों पसंद करना, स्पेशली फादर इन लॉ ने खाना तो उन्होंने प्रेज करनी कि पुत्र अज बहुत अच्छा बनया। तो वह चीज़ा छोटिया सी बट वो मैनू बहुत अंदरों मोटीवेट कर दिया सी। तो इतों तक का जो सफ़र सी ये बच्चों का एक सपना सी कि घर बना रहे हो एक बार उस किचन च भी जाओ। बिल्कुल बिल्कुल। तो अज उन्हां दे सपने करके मैं टॉप टॉप एट दा लैवल तक आना बहुत वड्डी गल है। घर दी किचन दे विच उत्थे तक पहुँचे तुसी, सफ़र दे विच बहुत सारी जिहड़ियां मुश्किलां भी सामने करनियां पैंदियां होणगियां। तो तुहानूं कदी इत्थे लग्गिया भी असी शायद मैं घर दे विच ही अपना बनावा, घरदिआं नूं ही खवावा, कदी कोई भी तुहानूं इहो जिही सिचुएशन दा फेस करना पवेगा? देखो ये एक रोलर कोस्टर है, चली जा रहा है, अप भी आए है डाउन भी आए है। किसी टाइम मेरी डिश ने बहुत प्रेज ले है, किसी टाइम थोड़ा वो है। कुकिंग स्किल डे बाय डे इंप्रूव होंगी कि क्योंकि पूरा इंडिया चो उत्थे कंटेस्टेंट आए ने, असी एक दूजे तो सीखिया भी है। पर किसी टाइम इस तरह लगता सी कि इस चीज़ा मैं पहले क्यों नहीं देखिया। कुजीन्स नूं असीं जदों किसी नूं मिलदे हाँ उन्हां चीज़ां नूं, क्योंकि मेरे च एक ड्रॉबैक है कि जब तक मैं किसी चीज़ नूं खाऊंगी नहीं मैं उस चीज़ नूं बना नहीं पाऊंगी, उन्हें फ्लेवर्स नूं समझ नहीं पाऊंगी। तो वो चीज़ा ये चीज़ की जिहड़ी स्किल्स है इहदे विच मेरी होर इंप्रूव हुई है, वो मास्टर शेफ की जर्नी विच हुई है। तो हुण नहीं लग्या कदी कि मैं अपनी किचन च ही रहां, यही लग्या कि ठीक है अगर इत्थों तक पहुँची हाँ जिस चीज़ नूं लैके इत्थे आई हाँ तो वाहिगुरु करे कि वो मेरा पूरा होवे। ते कदी पंजाब विच ट्रॉफी नहीं आई ते इस वारी होपफुली वो ट्रॉफी पंजाब विच आए। बिल्कुल, उम्मीद कायम रखनी चाहिए अपनी। और इस दे नाल इस तो पहला भी तुसी कोई शोज़ वगैरह दे विच पार्टिसिपेट किया, क्योंकि मास्टर शेफ तक पहुँचने वास्ते काफ़ी जेड़े है स्टैप्स पार करने पैंदे ने, उस तो पहला तुसी केड़े केड़े शोज़ दे विच पार्टिसिपेट किया? 2018 विच मैं फर्स्ट टाइम अपनी घर दी किचन चो बार किसी कंटेस्ट विच गई सी। फिर उस तो डीडी पंजाबी जो अपना एक नेशनल चैनल है उन्दे विच मास्टर शेफ पंजाबी स्टार्ट होया, उन्दे सेमीफिनाले तक गई। उस तो बाद पीटीसी पंजाबी दा होया, उन्दे विच पंजाब दे सुपर शेफ शेफ हरपाल सिंह सोखी उन्होंने मैनू ये टैगलाइन दिती सी केडीके, जिंदे नाल अज मैनू उस इंडस्ट्री विच भी बुलाया जांदा। तो उन्होंने फिर उन्दे विच मैं फर्स्ट रनर अप रही। तो इदां ही थोड़ा थोड़ा करदे होए इस लैवल तक पहुँचूंगी, सोचा नहीं सी क्योंकि सोनी चैनल एक बहुत वड्डे लैवल का है। तो उन्होंने जो हाउस वाइफ नू एक प्लेटफॉर्म दिता अपनी स्किल्स नू दिखाने का, तो मेरे हिसाब नाल मतलब साडे लई तो यह बहुत वड्डा है। अच्छा, सब तो पहला केड़ा तड़का लगाया सी जिहड़ा उत्थे पसंद आया जजिस नू, जिहड़ा तुहानू लगदा होवे कि मैं ये डिश बड़े कॉन्फिडेंस नाल बनाई और यह तो इन्हां नू पसंद आनी ही आनी है, केड़ी चीज़ सी जिहड़ी सब तो ज़्यादा पसंद आई? जिहड़ा मेरा सब तो पहला चैलेंज आया कि तुहाडा बहुत पसंदीदा ते जिहड़ा तुहानू ना पसंद होवे, मोस्ट फेवरेट ते लीस्ट फेवरेट दा सी। बट वो एहो जिहा सी कि जिंदे विच इक करेला आ गया और उन्दे नाल ही ग्रीन एप्पल आ गया, मिठे ते कड़वे दा कॉम्बीनेशन। करेला मेरा वैसे ही फेवरेट है। और कुछ मेरा ये है कि बच्चों ने जिस चीज़ नूं नहीं खाना उन्हें ट्विस्ट दे के किवें खिलाना, तो उही चीज़ मेरी उत्थे पहला उस किचन दे विच राउंड सी जिहड़ा उन्हां नूं बहुत ज़्यादा पसंद आ गया डिश। मतलब मेरी उस डिश दूं बहुत ज़्यादा प्रेज मिली कि मैं करेले दी एक डिश बना के उन्दे विच ग्रीन एप्पल दा कंपोट भर के उन्दे नाल ही क्रंबल दिता, तो जो शेफ्स नूं बहुत पसंद आया क्योंकि एक इन्नी कड़वी चीज़ नूं असी मिठे विच कन्वर्ट करना ही अपने आप विच ही एक चैलेंज सी जिन्हों मैं बड़ा बखूबी निभाया। और मैनू भी अच्छा लग्या कि हमेशा घरदियां नूं खिलांदी सी, अज इन्हां शेफ्स नूं खिला के वो टेस्ट करवाया। ਅਤੇ ਫਿਰ ਕੀ ਐਡਵਾਈਸ ਹੈ ਜਿਹੜੀ ਆਡੀਅੰਸ ਸਾਡੀ ਦੇਖ ਰਹੀ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਹਾਊਸ ਵਾਈਫ ਨੇ ਜੋ ਕਿ ਬਹੁਤ ਬਿਹਤਰੀਨ ਖਾਣਾ ਬਣਾਉਂਦੇ ਨੇ ਪਰ ਜਿਵੇਂ ਤੁਸੀਂ ਆਪਣੀ ਉਮੀਦ ਰੱਖ ਕੇ ਅੱਗੇ ਤੱਕ ਪਹੁੰਚੀ, ਉਹਨਾਂ ਵਿੱਚੋਂ ਵੀ ਕੋਈ ਜਿਹੜਾ ਅੱਗੇ ਆਵੇ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਵੇ? ਕਿਉਂਕਿ ਜੇਕਰ ਖਾਣੇ ਦੀ ਗੱਲਬਾਤ ਕੀਤੀ ਜਾਵੇ ਨਾ ਤਾਂ ਬੰਦਾ ਕਮਾਉਂਦਾ ਵੀ ਰੋਟੀ ਵਾਸਤੇ ਹੈ, ਪਰ ਜੇ ਸਵਾਦ ਵੱਧ ਹੋ ਜਾਵੇ ਤਾਂ ਲਾਈਫ ਜਿਹੜੀ ਹੈ ਪੂਰੀ ਸੋਰਟਡ ਰਹੇਗੀ। ਕੀ ਕਹਿਣਾ ਚਾਹੁੰਦੇ ਹੋ ਉਹਨਾਂ ਆਡੀਅੰਸ? ਮੈਂ ਇਹੀ ਕਹੂੰਗੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਹਾਊਸ ਵਾਈਫਸ ਨੂੰ ਕਿ ਸਾਡੇ ਵਿੱਚੋਂ ਟੈਲੈਂਟ ਹੈ तो जरूर अगे वधो, पर फैमिली सपोर्ट जरूरी है क्योंकि अगर इन लॉज तुहानू नहीं सपोर्ट करते तो मैनू नहीं लगता कि तुसी एक स्टैप भी अगे वध सकदे हो, तुसी मेंटली फ्री नहीं हो सकते। हुण भी इन्हां ने ठीक है बहुत टफ सी इन्हां लई, पर इन लॉज ने सपोर्ट किया, पिछों घर पूरा हैंडल किया बच्चिया ने हसबेंड ने, तो उन्दे करके मैं उत्थे थोड़ा मेंटली रिलैक्स सी, मैं उस चीज़ ते फोकस कर पाई। अगर उन्होंने अपना पिछों सपोर्ट मिल रहा इन लॉज का पूरा, तो मैं कहनी हाँ जरूर वधना चाहिए क्योंकि
ਪਲੈਟਫਾਰਮ ਮਿਲਿਆ ਆਪਣੀ ਸਕਿੱਲ ਦਿਖਾਉਣ ਲਈ ਜਾਓ ਜ਼ਰੂਰ, ਕਿੱਥੋਂ ਤੱਕ ਜਾਣਾ ਇਹ ਨਹੀਂ ਪਤਾ, ਇਹ ਸੋਚ ਕੇ ਨਾ ਜਾਓ ਪਰ ਜਾਓ ਜ਼ਰੂਰ। ਬਿਲਕੁਲ, ਤੁਸੀਂ ਸ਼ਾਇਦ ਉਸ ਟਾਈਮ 'ਤੇ ਸੋਚਿਆ ਸੀ ਵੀ ਮੈਂ ਇੱਕ ਜਾਂ ਦੋ ਵਾਰੀ ਕਰਕੇ ਉੱਥੋਂ ਦੀ ਵਾਪਸ ਆਉਂਗੀ, ਬਟ ਤੁਸੀਂ ਹੁਣ ਟੌਪ 8 ਦੇ ਵਿੱਚ। ਮੈਂ ਉਸ ਕਿਚਨ 'ਚ ਇੱਕ ਵਾਰੀ ਐਂਟਰ ਕਰਨਾ ਹੈ ਕਿ ਉਹ ਮਾਸਟਰ ਸ਼ੈਫ ਕਿਚਨ ਦੇ ਵਿੱਚ ਐਂਟਰ ਕਰਕੇ ਆਪਣਾ ਨੇਮ ਵਾਲਾ ਐਪਰਨ ਲੈਣਾ, ਉਸ ਤੋਂ ਬਾਅਦ ਭਾਵੇਂ ਮੈਂ ਇੱਕ ਰਾਊਂਡ ਬਾਅਦ ਬਾਹਰ ਆ ਜਾਂ, ਬਟ ਮੇਰਾ ਉਹ ਇੱਕ ਬੱਚਿਆਂ ਦਾ ਜੋ ਇੱਕ ਸੁਪਨਾ ਹੈ ਮੈਂ ਉਹ ਲੈ ਕੇ ਘਰ ਆ ਜਾਂ। ਬਟ ਚਲੋ ਡੇ ਬਾਏ ਡੇ ਉਹ ਸਾਡੀ ਇੰਪਰੂਵ ਹੁੰਦਾ ਗਿਆ, ਚੈਲੇਂਜਸ ਆਉਂਦੇ ਰਹੇ, ਉਹਨਾਂ ਨੂੰ ਫੇਸ ਕਰਦੇ ਰਹੇ ਅਤੇ ਅੱਜ ਟੌਪ 8 ਵਿੱਚ। ਜਿਵੇਂ ਆਪਾਂ ਨੋਰਮਲੀ ਦੇਖਦੇ ਹਾਂ ਟੀ ਵੀ ਸਕਰੀਨਸ ਦੇ ਉੱਤੇ, ਉਹੋ ਜਿਹੀ ਸਿਚੁਏਸ਼ਨ ਹੀ ਉੱਥੇ ਦੇਖਣ ਨੂੰ ਮਿਲਦੀ ਹੈ ਕਿ ਕੁਝ ਡਿਫਰੈਂਟ ਹੈ? ਕਿਉਂਕਿ ਕਾਫੀ ਚੈਲੇਂਜਸ ਤੁਸੀਂ ਦੱਸਿਆ ਤੁਹਾਨੂੰ ਫੇਸ ਕਰਨੇ ਪੈਂਦੇ ਆ, ਉਹ ਕਿਚਨ ਦਾ ਕਿੱਦਾਂ ਦਾ ਮਾਹੌਲ ਹੈ? ਘਰ ਦੀ ਕਿਚਨ ਤਾਂ ਆਪਣੀ ਐਟਮੋਸਫੇਅਰ ਆਪਾਂ ਨੂੰ ਪਤਾ, ਆਪਾਂ ਨੂੰ ਇਨਵਾਇਰਮੈਂਟ ਉੱਥੇ ਦਾ ਪਤਾ, ਉੱਥੇ ਦੀ ਕਿਚਨ ਦਾ ਕਿੱਦਾਂ ਦਾ ਮਾਹੌਲ ਲੱਗਦਾ? ਉਹ ਇੱਕ ਡਿਫਰੈਂਟ ਕਿਚਨ ਹੈ ਜਿਹਦੇ ਵਿੱਚ ਅਗਰ ਤੁਹਾਨੂੰ ਇੰਨਾ, ਅਸੀਂ ਆਪਣੀ ਘਰ ਦੀ ਕਿਚਨ 'ਚ ਰਿਲੈਕਸ ਹਾਂ ਕਿ ਅਸੀਂ ਆਪਣੇ ਹਿਸਾਬ ਨਾਲ ਕੁਕਿੰਗ ਕਰ ਰਹੇ ਹਾਂ, ਪਰ ਉੱਥੇ ਇੱਕ ਟਾਈਮ ਲਿਮਿਟ ਹੈ, ਤੁਹਾਨੂੰ ਨਹੀਂ ਪਤਾ ਤੁਹਾਡੇ ਸਾਹਮਣੇ ਕੀ ਚੈਲੇਂਜਸ ਆਉਣੇ ਨੇ, ਅਤੇ ਉਹ ਜੋ ਵੀ ਆਉਂਦਾ ਉਹਨੂੰ ਤੁਸੀਂ ਔਨ ਦਾ ਸਪੋਟ ਆਪਣੇ ਮਾਇੰਡ ਵਿੱਚ ਕ੍ਰੀਏਟ ਕਰਕੇ ਬਣਾਉਣਾ ਹੈ। ਕਈ ਵਾਰੀ ਉਹ ਤੁਹਾਡੀ ਚੀਜ਼ ਬਹੁਤ ਅੱਛੀ, ਉਹ ਫਲੇਵਰਸ ਇੱਕ ਦੂਜੇ ਨੂੰ ਬਹੁਤ ਅੱਛਾ ਕੰਪਲੀਮੈਂਟ ਕਰਦੇ ਨੇ, ਕਈ ਵਾਰੀ ਉਹ ਨਹੀਂ ਕਰਦੇ, ਅਤੇ ਉਹ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਨੇ, ਬਟ ਉਹ ਵੀ ਇੱਕ ਬੜਾ ਅੱਛਾ ਐਕਸਪੀਰੀਅੰਸ ਹੈ ਕਿਉਂਕਿ ਤੁਹਾਡੀ ਡੇ ਬਾਏ ਸਕਿੱਲ, ਡੇ ਬਾਏ ਡੇ ਤੁਹਾਡੀ ਕੁਕਿੰਗ ਸਕਿੱਲ ਇੰਪਰੂਵ ਹੋ ਜਾਂਦੀ, ਜੋ ਟੈਕਨੀਕਸ ਤੁਸੀਂ ਆਪਣੀ ਨੋਰਮਲ ਕਿਚਨ 'ਚ ਨਹੀਂ ਯੂਜ਼ ਕਰ ਸਕਦੇ ਤੁਹਾਨੂੰ ਉੱਥੇ ਕਰਨੀਆਂ ਪੈ ਰਹੀਆਂ ਨੇ, ਅਤੇ ਉਹ ਬਹੁਤ ਇੱਕ, ਮਤਲਬ ਮੇਰੇ ਕੋਲ ਵਰਡਸ ਨਹੀਂ ਹੈ, ਉਹ ਇੱਕ ਬਹੁਤ ਹੀ ਡਿਫਰੈਂਟ ਐਕਸਪੀਰੀਅੰਸ ਹੈ ਕਿ ਮੈਨੂੰ ਲੱਗਦਾ ਕਿ ਹਰ ਹਾਊਸ ਵਾਈਫ ਨੂੰ ਉਹਦਾ ਡ੍ਰੀਮ ਹੋਏਗਾ ਕਿ ਮੈਂ ਵੀ ਉਹ ਇੱਕ ਵਾਰੀ ਐਕਸਪੀਰੀਅੰਸ ਕਰਾਂ। ਔਰ ਸਪੈਸ਼ਲੀ ਜੋ ਸਾਡੇ ਸ਼ੈਫਸ ਨੇ, ਸ਼ੈਫ ਰਣਬੀਰ ਬਰਾੜ, ਸ਼ੈਫ ਵਿਕਾਸ ਖੰਨਾ ਔਰ ਗਰਮਾ, ਬਹੁਤ ਹੀ ਹੰਬਲ ਅਤੇ ਡਾਊਨ ਟੂ ਅਰਥ ਨੇ, ਉਹਨਾਂ ਨੇ ਹਰ ਇੱਕ ਕੰਟੈਸਟੈਂਟ ਨੂੰ ਉਹਨਾਂ ਦੇ ਵੀਕ ਪੁਆਇੰਟ, ਉਹਨਾਂ ਦੇ ਜੋ ਪਲੱਸ ਪੁਆਇੰਟ ਹੈ ਉਹਨਾਂ 'ਤੇ ਸਾਨੂੰ ਦੱਸਿਆ, ਅਤੇ ਉਹਨੂੰ ਇੰਪਰੂਵ ਕਿਸ ਤਰ੍ਹਾਂ ਕਰਨਾ ਉਸ ਬਾਰੇ ਵੀ ਦੱਸਿਆ ਜੀ, ਅਤੇ ਜਿਸ ਕਰਕੇ ਅਸੀਂ ਅੱਜ ਇੱਥੇ ਟੌਪ 8 ਤੱਕ ਪਹੁੰਚ ਗਏ। ਬਿਲਕੁਲ, ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਸੁਪਨਾ ਜਿਹੜਾ ਪੂਰਾ ਹੋਵੇ, ਅਤੇ ਅੱਗੇ ਤੁਹਾਡੇ ਤੋਂ ਹੋਰ ਵੀ ਲੇਡੀਜ਼ ਜਿਹੜੀਆਂ ਨੇ ਇੱਦਾਂ ਇੰਸਪਾਇਰ ਹੋ ਕੇ ਇਹੋ ਜਿਹੇ ਪਲੈਟਫਾਰਮਸ ਤੱਕ ਪਹੁੰਚਣ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀ ਕਮਲਦੀਪ ਕੌਰ ਜੀ, ਜਿਹੜੇ ਕਿ ਲੁਧਿਆਣੇ ਦੇ ਰਹਿਣ ਵਾਲੇ ਨੇ ਔਰ ਮਾਸਟਰ ਸ਼ੈਫ ਦੇ ਵਿੱਚ ਇਹਨਾਂ ਨੇ ਪਾਰਟੀਸਪੇਟ ਕੀਤਾ, ਟੌਪ 8 ਤੱਕ ਪਹੁੰਚ ਚੁੱਕੇ। ਇਹਨਾਂ ਦੇ ਸੁਪਨਾ ਹੈ ਕਿ ਇਹ ਉਸ ਖਿਤਾਬ ਨੂੰ ਜਿੱਤ ਕੇ ਘਰ ਲੈ ਕੇ ਆਉਣ। ਉਹ ਐਪਰਨ ਜਿਹੜਾ ਇਹਨਾਂ ਦੇ ਨਾਮ ਦਾ ਸੀਗਾ, ਉਹ ਮਾਸਟਰ ਸ਼ੈਫ ਇੰਡੀਆ ਦਾ ਬਣੇ ਔਰ ਪੰਜਾਬ ਦੇ ਵਿੱਚ ਇਹ ਟਰੋਫੀ ਆਵੇ, ਇੱਦਾਂ ਦੀ ਉਮੀਦ ਲੈ ਕੇ ਅਗਰ ਤੁਸੀਂ ਪਹੁੰਚਦੇ ਹੋ ਤਾਂ ਕਿਸੇ ਪਲੈਟਫਾਰਮ ਤੱਕ ਜਾਂਦੇ ਹੋ ਤਾਂ ਬਿਲਕੁਲ ਮਾਇੰਡ ਦੇ ਵਿੱਚ ਇਹ ਰੱਖਣਾ ਚਾਹੀਦਾ ਕਿ ਮੈਂ ਕਿਸ ਲੈਵਲ ਤੱਕ ਜਾਣਾ। ਇੱਕ ਸੁਪਨਾ ਜਿਹੜਾ ਇਹਨਾਂ ਨੇ ਸਜਾਇਆ ਉਹ ਬਿਲਕੁਲ ਇਹਨਾਂ ਨੂੰ ਉਮੀਦ ਕਰਦੇ ਹਾਂ ਕਿ ਪੂਰਾ ਹੋਵੇ, ਤਾਂ ਇਹਨਾਂ ਦੇ ਹੱਥ ਦੇ ਵਿੱਚ ਉਹ ਖਾਣੇ ਦਾ ਸਵਾਦ ਹੈ ਜੋ ਕਿ ਆਪਣੇ ਪੂਰੇ ਭਾਰਤ ਦੇ ਵਿੱਚ ਟੌਪ 8 ਦੇ ਵਿੱਚ ਇਹਨਾਂ ਦੀ ਸਿਲੈਕਸ਼ਨ ਜਿਹੜੀ ਹੈ ਹੋ ਚੁੱਕੀ ਹੈ। ਇੱਦਾਂ ਦੀ ਹੋਰ ਵਧੇਰੀ ਵੀਡੀਓਜ਼ ਦੀ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦੀਪਕ ਖੀਵਾ ਦੇ ਨਾਲ ਮੈਂ ਪ੍ਰਵਲੀਨ ਕੌਰ।